ਨਮਸਕਾਰ, ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ। ਨੰਗਲ ਦੇ ਵਿੱਚ ਚੋਰਾਂ ਦਾ ਬੋਲਬਾਲਾ ਹੈ ਕਿਉਂਕਿ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਸ਼ਾਮ ਚੋਰਾਂ ਵੱਲੋਂ ਮਾਤਾ ਜਲਫਾ ਦੇਵੀ ਮੰਦਿਰ ਦੇ ਵਿੱਚ ਚੋਰੀ ਕਰ ਲਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪ੍ਰਮੁੱਖ ਪੁਜਾਰੀ ਪੰਡਿਤ ਸੋਹਣ ਲਾਲ ਜੀ ਨੇ ਦੱਸਿਆ ਕਿ ਲਗਭਗ 7 ਵਜੇ ਸ਼ਾਮ ਦੇ ਸਮੇਂ ਚੋਰਾਂ ਵੱਲੋਂ ਮੰਦਿਰ ਦੇ ਵਿੱਚ ਚੋਰੀ ਕਰ ਲਈ ਗਈ ਹੈ। ਉਹਨਾਂ ਨੇ ਦੱਸਿਆ ਕਿ ਉਹ ਜ਼ਿਆਦਾਤਰ ਸਮਾਂ ਮੰਦਿਰ ਦੇ ਵਿੱਚ ਰਹਿੰਦੇ ਹਨ, ਪਰ ਕੁਝ ਸਮੇਂ ਦੇ ਲਈ ਝੰਡੇ ਦੇ ਲਈ ਡੰਡਾ ਲੈਣ ਦੇ ਲਈ ਗਏ ਸਨ, ਤਾਂ ਉਸੇ ਸਮੇਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਮਾਤਾ ਦੇ ਮੰਦਿਰ ਦੇ ਵਿੱਚ ਮਾਤਾ ਜੀ ਦੇ ਗਹਿਣੇ ਜਿਵੇਂ ਕਿ ਨੱਥ ਹੱਥੇ ਝੁੰਮਕੇ ਚੋਰੀ ਕਰ ਲਏ ਗਏ ਹਨ। ਇਹ ਸਾਰੇ ਗਹਿਣੇ ਸੋਨੇ ਦੇ ਸਨ। ਉੱਥੇ ਹੀ ਹੁਣ ਸੋਸ਼ਲ ਮੀਡੀਆ ਉੱਤੇ ਚਰਚਾ ਬਣੀ ਹੋਈ ਹੈ ਕਿ ਚੋਰਾਂ ਵੱਲੋਂ ਪਹਿਲਾਂ ਰਸਤੇ ਦੇ ਵਿੱਚ ਜਾ ਰਹੇ ਮਾਤਾ ਭੈਣਾਂ ਦੇ ਗਹਿਣੇ ਖੋਹੇ ਜਾਂਦੇ ਸਨ, ਤੇ ਹੁਣ ਚੋਰਾਂ ਵੱਲੋਂ ਧਾਰਮਿਕ ਸਥਾਨਾਂ ਉੱਤੇ ਜਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਨੇ ਨੰਗਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਪਕੜਿਆ ਜਾਵੇ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਜੈ ਮਾਤਾ ਜੀ। ਸਾਰੇ ਨੰਗਲ ਵਾਸੀਆਂ ਨੂੰ ਪਤਾ ਹੀ ਹੈ ਕਿ ਅੱਜ ਸਾਡੇ ਨੰਗਲ ਵਿੱਚ ਬਹੁਤ ਹੀ ਦੁਖਦਾਇਕ ਘਟਨਾ ਨੰਗਲ ਵਿੱਚ ਵਾਪਰੀ ਹੈ। ਸਾਡੇ ਪ੍ਰਸਿੱਧ ਇਤਿਹਾਸਿਕ ਜਲਫਾ ਦੇਵੀ ਮੰਦਿਰ ਵਿੱਚ ਮਾਤਾ ਜੀ ਦੀ ਦਰਬਾਰ 'ਤੇ ਚੋਰੀ ਹੋਈ ਹੈ। ਉਹ ਦਿਨ ਦਿਹਾੜੇ ਚੋਰੀ ਹੋਈ ਹੈ, 7 ਤੋਂ 8 ਦੇ ਵਿੱਚ ਵਿੱਚ ਰਾਤ ਦੇ ਟਾਈਮ, ਅਤੇ ਦੋਸ਼ੀ ਪਾਸੀ ਪੁਲਿਸ ਨੂੰ ਬੇਨਤੀ ਕਰਦੇ ਹਾਂ ਔਰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਔਰ ਅਸੀਂ ਨੰਗਲ ਵਾਸੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਜਲਫਾ ਮਾਤਾ ਇੱਕ ਪ੍ਰਸਿੱਧ ਇਤਿਹਾਸਿਕ ਸਥਾਨ ਹੈ ਜਿੱਥੇ ਹਜ਼ਾਰਾਂ ਹੀ ਸ਼ਰਧਾਲੂ ਆਉਂਦੇ ਆ, ਔਰ ਦਿਨ ਦਿਹਾੜੇ ਚੋਰੀ ਹੋਣਾ ਬਹੁਤ ਹੀ ਦੁੱਖਦਾਇਕ ਘਟਨਾ ਹੈ। ਜੈ ਮਾਤਾ। ਇਹ ਘਟਨਾ 7 ਤੋਂ ਲੈ ਕੇ 8 ਦੇ ਵਿੱਚ ਹੈ ਜੀ। ਹਾਂਜੀ। ਅਤੇ ਵੈਸੇ ਤਾਂ ਅਸੀਂ ਇੱਥੋਂ ਜਾਂਦੇ ਨਹੀਂ ਹੈ, 1 ਸਕਿੰਟ ਲਈ ਜਾਂ 2-4 ਮਿੰਟ ਲਈ ਅਸੀਂ ਮਤਲਬ ਉੱਥੇ ਬਾਹਰ, ਅੰਦਰ ਕੋਈ ਨਹੀਂ ਥਾ ਉਸ ਟਾਈਮ। ਮੈਂ ਬਾਹਰ ਨੂੰ ਇੱਕ ਝੰਡੇ ਖਾਤਰ ਉਹ ਲੈਣ ਲੱਗੇ ਥੇ, ਆਪਾਂ ਡੰਡਾ ਜਿਹਾ ਲੱਗੇ ਘਾੜਨੇ, ਤਾਂ ਉਸ ਦੌਰਾਨ ਇਹ ਹੋ ਗਿਆ। ਹੋਇਆ ਕੀ ਹੈ, ਚੋਰੀ ਕੀ ਕਰਕੇ ਲੈ ਗਏ? ਚੋਰੀ ਇੱਕ ਨੱਥ ਹੈ ਜੀ, ਗੋਲਡ ਦੀ ਹੈ, ਸੋਨੇ ਦੀ ਹੈ, ਅਤੇ 2 ਝੁਮਕੇ ਹੈ ਜੀ। ਅੱਛਾ ਜੀ। ਹਾਂਜੀ। ਸ਼ਾਮ 7 ਵਜੇ ਦੀ ਘਟਨਾ? ਹਾਂਜੀ, ਸ਼ਾਮ 7 ਤੋਂ ਲੈ ਕੇ 7:15 ਦੀ ਘਟਨਾ ਹੈ ਜੀ। ਤੁਸੀਂ ਫਿਰ ਕਿਹਨੂੰ ਸੂਚਨਾ ਦਿੱਤੀ? ਅਸੀਂ ਆਪਣੇ ਕਮੇਟੀ ਪ੍ਰਧਾਨ ਜੀ ਨੂੰ ਸੂਚਨਾ ਦਿੱਤੀ ਜੀ ਪਹਿਲਾਂ। ਤੁਹਾਨੂੰ ਕਿਹਦੇ 'ਤੇ ਕੋਈ ਸ਼ੱਕ ਹੈ ਇਸ ਮਾਮਲੇ 'ਚ? ਸ਼ੱਕ ਤਾਂ ਐਸਾ ਕਿਆ ਕਹਿ ਸਕਦੇ ਹਾਂ ਜੀ, ਸ਼ੱਕ ਨੂੰ ਕੁਛ ਨਹੀਂ ਕਹਿ ਸਕਦੇ ਹਾਂ।